ਸਤਗੁਰ ਮੇਰਾ ਬੇਮਹਤਾਜ ਸਤਗੁਰ ਮੇਰੇ ਸੱਚਾ ਸਾਜ ਸਤਗੁਰ ਕੇ ਹਉ ਸਦ ਬਲ ਜਾਇ ਪ੍ਰਗਟ ਮਾਰਗ ਜਿਨ ਕਰ ਦਿਖਲਾਇਆ ਗੁਰ ਜੈਸਾ ਨਾਹੀ ਕੋ ਦੇਵ ਜਿਸ ਮस्तक 파ਗ ਸੋ ਲਾਗਾ ਸੇਵ ਪੰਚਮ ਪਾਤਸ਼ਾਹ ਦੇ ਇਹ ਪਾਵਨ ਬਚਨ ਗੁਰੂ ਪੂਰੇ ਦੀ ਵਡਿਆਈ ਨੂੰ ਦ੍ਰਿੜ ਕਰਵਾਉਂਦੇ ਨੇ ਸੋ ਵੱਡੇ ਕੀ ਵਡਿਆਈ ਆਰੰਭ ਕਰਨ ਤੋਂ ਪਹਿਲਾਂ ਆਓ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦਾ ਆਵਾਜ਼ਾ بلند ਕਰੀਏ ਹਾਜ਼ਰੀ ਲਵਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਸੰਗੀ ਜਨੋ ਗੁਰੂ ਪੂਰੇ ਕੀ ਵੱਡੀ ਵਡਿਆਈ ਨੂੰ ਸਾਖੀ ਰੂਪ ਦੇ ਵਿੱਚ ਇਤਿਹਾਸਕ ਰੂਪ ਦੇ ਵਿੱਚ ਪਿਛਲੇ ਲੁਮੇਰੇ ਸਮੇ ਤੋਂ ਗੁਰੂ ਸਮਰੱਥ ਦੇ ਧੀਆਂ ਪੁੱਤਰ ਬਣ ਕੇ ਆਪਸ ਵਿੱਚ ਸਾਂਝ ਪਾਉਣ ਦਾ ਯਤਨ ਕਰ ਰਹੇ ਹਨ ਮਕਸਦ ਕੇਵਲ ਇੱਕੋ ਹੈ ਸਾਨੂੰ ਇਤਿਹਾਸ ਦੀ ਜਾਣਕਾਰੀ ਹੋਵੇ ਤਾ ਜੋ ਅਸੀਂ ਆਪਣੀਆਂ ਅਗਲੀ ਪੀੜ੍ਹੀਆਂ ਨੂੰ ਨੈਕਸਟ ਜਨਰੇਸ਼ਨ ਨੂੰ ਆਪਣਾ ਸੁਨਹਿਰਾ ਇਤਿਹਾਸ ਗੁਰੂ ਕੀਆਂ ਬਾਤਾਂ ਸਹਿਜ ਸੁਭਾਏ ਸੁਣਾ ਕੇ ਸਮਝਾ ਕੇ ਅੱਗੇ ਟਰਾਂਸਫਰ ਕਰ ਚੁੱਕੀ ਹੈ ਤਾਂ ਜੇ ਸਾਡੇ ਨੌਜਵਾਨ ਬੱਚੇ ਬੱਚੀ ਆਪਣੇ ਵਿਰਸੇ ਨਾਲ ਜੁੜ ਕੇ ਸਿੱਖੀ ਨੂੰ ਸੰਭਾਲਣਾ ਪੰਜਵੇਂ ਪਾਤਸ਼ਾਹ ਸਹਿਬੇ ਕਮਾਲ ਸ਼ਹੀਦਾਂ ਦੇ ਸਰਤਾਜ ਚਵਰ ਤਖਤ ਰਾਜ ਦੇ ਮਾਲਕ ਗਣਸ਼ੀ ਗੁਰੂ ਅਰਜਨ ਦੇਵ ਪਰਮ ਪਿਤਾ ਪਰਮੇਸ਼ਵਰ ਦਾ ਸਰੂਪ ਜਿਨ੍ਹਾਂ ਦੇ ਪਵਨ ਇਤਿਹਾਸ ਨੂੰ ਪਿਛਲੇ ਕੁਝ ਦਿਨਾਂ ਤੋਂ ਸਤਿਗੁਰੂ ਆਪ ਸਾਂਝਾ ਕਰਵਾ ਕੇ ਸੇਵਾ ਲੈ ਰਹੇ ਨੇ ਸਤਸੰਗੀਆਂ ਆਮ ਤੌਰ ਤੇ ਇਹੋ ਸਮਝਿਆ ਜਾਂਦਾ ਹੈ ਕਿ ਪਹਿਲੀਆਂ ਪੰਜ ਪਾਤਸ਼ਾਹੀਆਂ ਇਹਨਾਂ ਨੇ ਸ਼ਾਇਦ ਸ਼ਸਤਰ ਧਾਰ ਨਹੀਂ ਕੀਤੇ ਪਰ ਜੇ ਇਤਿਹਾਸ ਨੂੰ ਗਉ ਨਾਲ ਵਿਚਾਰੀਏ ਤਾਂ ਇਹ ਗੱਲ ਸਮਝ ਆਉਂਦੀ ਏ ਪੰਚਮ ਪਾਛਵੀ ਪਲੀਪਾਂਤ ਘੋੜਸਵਾਰੀ ਜਾਣਦੇ ਸਨ ਬਾਲ ਉਮਰੇ ਨੇਜਾਬਾਜੀ ਤਲਵਾਰबाजी ਇਸ ਵਿਦਿਆ ਵਿੱਚ ਵੀ ਸਤਿਗੁਰੂ ਨਿਪੁੰਨ ਸਨ ਮਤਾਇ ਟਪਲਾ ਖਾ ਜਾਈਏ ਕਿ ਸ਼ਾਇਦ 6ਵੇਂ ਪਾਤਸ਼ਾਹ ਤਾਨਗੁਰ ਹਰਗੋਬਿੰਦ ਸਾਹਿਬ ਸ਼ਸਤਰਧਾਰੀ ਹੋਏ ਨੇ ਪਹਿਲੀਆਂ 5 ਪਾਤਸ਼ਾਹੀਆਂ ਵੀ ਸ਼ਸਤਰਧਾਰੀ ਸਨ ਦਾਸ ਨੇ ਪਹਿਲਾਂ ਵੀ ਕਈ ਵਾਰ ਪੰਥ ਦੇ ਸਨਮੁਖ ਇਹ ਬੇਨਤੀ ਕੀਤੀ ਪਰ ਮਾਫ ਕਰਨਾ ਗੁਰਮਤ ਦੇ ਆਸ਼ੇ ਅਨੁਸਾਰ ਜਦੋਂ ਇਤਿਹਾਸ ਵਿੱਚ ਝਾਤ ਪਾਉਨੇ ਹੈ ਵੈਲੀਆਂ ਪੰਜ ਪਾਤਸ਼ਾਹੀਆਂ ਨੇ ਸ਼ਸਤਰਾਂ ਨੂੰ ਗੁਪਤ ਤੌਰ ਤੇ ਧਾਰਨ ਕੀਤਾ ਇਹ ਸ਼ਸਤਰ 6ਵੇਂ ਜਾਮੇ ਵਿੱਚ ਪ੍ਰਗਟ ਹੋਏ ਸਨ ਦੋ ਤਲਵਾਰਾਂ ਬੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇਹ ਖੇਡ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜਣਹਾਰ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਬੜ ਜੋਦਾ ਬਹੁਤ ਪਰਉਪਕਾਰੀ ਕਲਗੀਆਂ ਵਾਲੇ ਪ੍ਰੀਤਮ ਤਾਂਗੁਰੂ ਹਰਗੋਬਿੰਦ ਸਾਹਿਬ ਨੇ ਵਰਤਾਈ ਸੀ ਜੇ ਕਿਤੇ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਇਤਿਹਾਸ ਦੇ ਪੰਨਿਆਂ ਤੇ ਝਾਤ ਪਾਈਏ ਗੁਰਬਾਣੀ ਇਸ ਗੱਲ ਦੀ ਪ੍ਰੋਟਾਕਟਰ ਕਰਦੀ ਹੈ ਜਦੋਂ ਗੁਰੂ ਕੇ ਪਿਆਰੇ ਰਬਾਬੀਆਂ ਦੀ ਬਾਣੀ ਪੜ੍ਹਦੇ ਆਂ ਰਾਏ ਸੱਤੇ ਤੇ ਬਲਵੰਣ ਦੀ ਵਾਰ ਜੋ ਰਾਮਕਲੀ ਰਾਗ ਦੇ ਵਿੱਚ ਉਚਾਰਨ ਹੋਣ ਕਰਕੇ ਕਈ ਪ੍ਰੇਮ ਦੀ ਸਿੱਖੀ ਧਾਰਨ ਕਰਨ ਵਾਲੇ ਪਿਆਰੇ ਇਸ ਨੂੰ ਰਾਮਕਲੀ ਕੀ ਵਾਰ ਵੀ ਆਖਦੇ ਨੇ ਪਾਵਨ ਪੰਕਤੀਆਂ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਸ਼ਸਤਰ ਧਾਰਨ ਕੀਤੇ ਉਹ ਕਿਹੜੇ ਸ਼ਸਤਰ ਸਨ ਕੋੜਾ ਕੀ ਤੋਂ ਸਹਿਜ ਦਾ ਸਹਿਜ ਰੂਪੀ ਘੋੜੇ ਦੀ ਸਤਿਗੁਰਾਂ ਨੇ ਸਵਾਰੀ ਕੀਤੀ ਜਤ ਕੀਓ ਪਲਾਨ ਸਿਆਣੇ ਜਾਣਦੇ ਨੇ ਘੋੜੇ ਦੀ ਨੰਗੀ ਪਿੱਠ ਤੇ ਕਦੇ ਅਸਵਾਰ ਨਹੀਂ ਹੋਇਆ ਜਾ ਸਕਦਾ ਸਵਾਰੀ ਕਰਨ ਲਈ ਘੋੜੇ ਦੀ ਪਿੱਠ ਤੇ ਕਾਠੀ ਪਾਣੀ ਪੈਂਦੀ ਇੱਥੇ ਪਲਾਨ ਦਾ ਅਰਥ ਹੈ ਕਾਠੀ ਸਾਧਗੁਰਾਂ ਨੇ ਸਹਿਜ ਰੂਪੀ ਘੋੜੇ ਦੀ ਸਵਾਰੀ ਕੀਤੀ ਤੇ ਇਸ ਘੋੜੇ ਉੱਪਰ ਜਤ ਰੂਪੀ ਕਾਠੀ ਬੰਨੀ ਤਨਖ ਚੜਾਇਓ ਸਤ ਦਾ ਸਤ ਰੂਪੀ ਧਨੁਸ਼ ਹੱਥ ਵਿੱਚ ਫੜਿਆ ਜਸੁ ਹੰਦਾ ਬਾਣ ਪਰਮੇਸ਼ਵਰ ਦੇ ਜਸ ਰੂਪੀ ਬਾਣ ਕਿਉਂਕਿ ਤਨੁਸ਼ ਤੀਰ ਤੋਂ ਬਿਨਾ ਅਧੂਰਾ तीर ਦੀ ਸੰਪੂਰਨਤਾ ਵੀ ਤਨੁਸ਼ ਦੇ ਨਾਲ ਹੈ ਸੋ ਸਤਗੁਰਾਂ ਨੇ ਐਸੇ ਤਨੁਸ਼ ਬਾਣ ਫੜ ਕੇ ਘੋੜੇ ਦੀ ਸਵਾਰੀ ਕਰਕੇ ਕੀ ਕੀਤਾ ਕਾਲ ਵਿੱਚ ਤੂੰ ਅੰਧਾਰ ਸਾ ਚੜਿਆ ਰਹਿ ਪਾਨ ਕਾਲਜੁਗਦੀਆਂ ਠਗੀਆਂ ਠਗੌਰੀਆਂ ਦੇ ਨਾਲ ਆਡਾ ਲਾਉਣ ਦੇ ਲਈ ਸਤਿਗੁਰੂ ਸ੍ਰੀ ਗੁਰਦਾਨਨ ਦੇਵ ਜੀ ਪਹਿਲੇ ਜਾਮੇ ਦੇ ਵਿੱਚ ਹਮਲਾ ਕਰ ਦਿੱਤਾ ਕਰੋ ਤੁਰ ਪਏ ਇਹ ਸੰਗੁਰੂ ਸਾਹਿਬ ਦੀਆਂ ਚਾਰ ਉਦਾਸੀਆਂ ਜੋ ਇਤਿਹਾਸਕ ਪ੍ਰਮਾਣ ਨੇ ਤੇ ਜੇ ਪਹਿਲਣਾ ਜੀ ਦਾ ਇਤਿਹਾਸ ਪੜੀ ਕਈ ਇਤਿਹਾਸਕ ਵੀਰਾਂ ਨੇ ਇਸ ਗੱਲ ਦੀ ਚਰਚਾ ਕੀਤੀ ਹੈ ਜਦੋਂ ਭਾਈ ਲੈਣਾ ਜੀ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਦੇ دیدار ਕਰਨ ਆਏ ਕਰਤਾਰਪੁਰ ਸਾਹਿਬ ਦੀ ਪਵਨ ਧਰਤੀ ਤੇ ਜਦੋਂ ਗੁਰੂ ਤੇ ਚੇਲੇ ਦਾ ਮੇਲ ਹੋਇਆ ਉਸ ਸਮੇਂ ਭਾਈ ਲੈਣਾ ਜੀ ਘੋੜੀ ਤੇ ਸਵਾਰ ਸਨ ਅੱਗੋਂ ਗੁਰੂ ਨਾਨਕ ਸਾਹਿਬ ਨੇ ਬਾਗਾਂ ਫੜ ਲਈਆਂ ਇਸ ਗੱਲ ਤੋਂ ਸਪਸ਼ਟ ਹੁੰਦਾ ਕਿ ਤਾਨਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਵੀ ਘੋੜਸਵਾਰੀ ਕਰਿਆ ਕਰਦੇ ਸਨ ਜਗਾ ਤੁਰਿਏ ਤਾਨਸਿਰੀ ਗੁਰ ਅਮਰਦਾਸ ਸੱਚੇ ਪਾਤਸ਼ਾਹ ਸਤਗੁਰੂ ਵੀ ਘੋੜੀਆਂ ਰੱਖੀਆਂ ਹੋਈਆਂ ਸਨ ਤੇ ਇਹਨਾਂ ਦੀ ਸਵਾਰੀ ਕਰਿਆ ਕਰਦੇ ਸਨ ਜਦੋਂ ਸਤਗੁਰੂ ਸੱਚੇ ਪਾਤਸ਼ਾਹ ਮਾਈ ਪ੍ਰਾਈ ਦੇ ਪਿੰਡ ਬਚਨ ਕੀਤਾ ਕਿ ਕੋਈ ਸਾਨੂੰ ਲੱਭਣ ਦੀ ਕੋਸ਼ਿਸ਼ ਨਾ ਕਰੇ ਸਤਿਗੁਰੂ ਆਪ ਇੱਕ ਕਮਰੇ ਦੇ ਵਿੱਚ ਅੰਦਰੋਂ ਕੁੰਡਾ ਲਾ ਲਿਆ ਤੇ ਭਗਤੀ ਕਰਨ ਲੱਗ ਪਏ ਤੇ ਆਪ ਜੀ ਇਤਿਹਾਸ ਤੋਂ ਜਾਣੂ ਹੋ ਸੰਗਤਾਂ ਸਤਿਗੁਰੂ ਦੇ دیدار ਕਰਨ ਲਈ ਜਦੋਂ ਬਹਿਬਲ ਹੋਈਆਂ ਤੇ ਧੰਨ ਬਾਬਾ ਬੁੱਢਾ ਜੀ ਨੇ ਕਿਹੜੀ ਕਲਾ ਵਰਤੀ ਧੰ ਸ੍ਰੀ ਗੁਰੂ ਅਮਰਦਾਸ ਜੀ ਦੀ ਘੋੜੀ ਨੂੰ ਅੱਗੇ ਲਾ ਲਿਆ ਤੇ ਘੋੜੀ ਦੇ ਮਗਰ ਮਗਰ ਸੰਗਤਾਂ ਤੁਰ ਪਈਆਂ ਤੇ ਸੰਗਤਾਂ ਧੰ ਬਾਬਾ ਬੁੱਢਾ ਜੀ ਦੀ ਅਗਵਾਈ ਹੇਠ ਕਿੱਥੇ ਪਹੁੰਚੀਆਂ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਆਪ ਬਿਰਾਜਮਾਨ ਸਨ ਇਸੇ ਤਰ੍ਹਾਂ ਧੰ ਸ੍ਰੀ ਗੁਰੂ ਰਾਮਦਾਸ ਪਿਤਾ ਪਰਮੇਸ਼ਵਰ ਜੀ ਵੀ ਘੋੜੇ ਦੀ ਸਵਾਰੀ ਕਰਦੇ ਸਨ ਪੰਚਮ ਪਾਦਸ਼ਾ ਵਰਗਾ ਵੀ ਘੋੜਸਵਾਰ ਕੋਈ ਨਹੀਂ ਜਦੋਂ ਸਤਗੁਰਾਂ ਦੀ ਜੰਝ ਆਪਣੇ ਸੋਹਰੇ ਪਰਿਵਾਰ ਪੂਜੀ ਤੇ ਕਈਆਂ ਨੇ ਇੱਕ ਸ਼ਰਤ ਲਾ ਦਿੱਤੀ ਕਿ ਨੇਜੇ ਨਾਲ ਪਹਿਲਾਂ ਇੱਕ ਕਿਲਾ ਪੁੱਟਣ ਮਰਲ ਕੈਸੇ ਪਰਸਵਾਰ ਹੋਣਗੇ ਕੈਸੇ ਨੇਜੇਬਾਜ਼ ਹੋਣਗੇ ਕਿ ਪਹਿਲੇ ਯਤਨ ਦੇ ਵਿੱਚ ਹੀ ਉਹ ਕਿਲਾ ਜੋ ਕਿ ਇੱਕ ਵਿਸ਼ਾਲ ਦਰਖਤ ਦੀ ਜੜ ਸੀ ਸਤਗੁਰਾਂ ਨੇ ਪੁੱਟ ਦਿੱਤਾ ਸੋ ਕਹਿਣ ਤੋਂ ਪਾਓ ਪਲੀਆਂ ਪੰਜ ਪਾਦਸ਼ਾਹੀਆਂ ਵੀ ਪਲੀ ਪਾਂਤ ਸ਼ਸਤਰ ਧਾਰਨ ਕਰਦੀਆਂ ਸਨ ਪੁੱਛਿਆ ਸੀ ਨਾ ਸੰਗਤਾ ਨੇ ਗੁਰੂ ਕੇ ਸਿੱਖਾਂ ਨੇ ਪੰਚਮ ਪਾਤਸ਼ਾਹ ਨੂੰ ਸਤਿਗੁਰੂ ਸੰਸਾਰ ਦੇ ਵਿੱਚ ਜਿੰਨੇ ਵੀ ਵਲੀ ਅਵਤਾਰ ਹੋਏ ਨੇ ਦੇਵੀ ਦੇਵਤੇ ਹੋਏ ਨੇ ਸਭ ਸ਼ਸਤਰ ਧਾਰੀ ਸਨ ਮੁਹੰਮਦ ਸਾਹਿਬ ਵੀ ਤਲਵਾਰ ਧਾਰਨ ਕਰਦੇ ਸਨ ਮੁਸਲਮਾਨ ਵੀਰਾਂ ਦੇ ਪੈਗੰਬਰ ਤੇ ਇਸੇ ਤਰ੍ਹਾਂ ਗੁਰੂ ਕੇ ਸਿੱਖ ਆਖਣ ਲੱਗੇ ਜੀ ਤ੍ਰੇਤੇ ਦੇ ਅਵਤਾਰ ਸ੍ਰੀ ਰਾਮਚੰਦਰ ਤਨੁਸ਼ਟਾਰੀ ਸਨ ਦੁਆਪਰ ਦੇ ਅਵਤਾਰ ਸ੍ਰੀ ਕ੍ਰਿਸ਼ਨ ਜੀ ਚੱਕਰਧਾਰੀ ਸਨ ਸ਼ਿਵ ਜੀ ਵੀ ਤ੍ਰਿਸ਼ੂਲ ਧਾਰੀ ਹੋਏ ਨੇ ਸਤਿਗੁਰੂ ਤੁਸਾਂ ਕੋਈ ਸ਼ਸਤਰ ਧਾਰਨ ਨਹੀਂ ਕੀਤਾ ਤੇ ਮਹਾਰਾਜ ਨੇ ਜੋ ਬਚਨ ਉਚਾਰਨ ਕੀਤੇ ਸਨ ਉਹ ਗੁਰਬਾਣੀ ਵਿੱਚ ਦਰਜ ਨੇ ਸਤਗੁਰਾਂ ਫਰਮਾਇਆ ਸੀ ਅਸੀਂ ਵੀ ਸ਼ਸਤਰ ਧਾਰੀ ਆ ਸਿੱਖਾਂ ਨੇ ਹੈਰਾਨ ਹੋ ਕੇ ਪੁੱਛਿਆ ਜੀ ਤੁਸੀਂ ਕਿਹੜਾ ਸ਼ਸਤਰ ਧਾਰਨ ਕੀਤਾ ਅਸੀਂ ਕਦੇ ਡਿੱਠਾ ਨਹੀਂ ਤੇ ਸਤਗੁਰਾਂ ਫਰਮਾਇਆ ਗਰੀਬੀ ਗਦਾ ਹਮਾਰੀ ਜੋ ਗੁਰਦਾਨਕ ਦੇ ਘਰ ਦੀ ਨਿਮਰਤਾ ਹੈ ਇਹ ਅਸਾਂ ਗਦਾ ਧਾਰਨ ਕੀਤੀ ਈ ਗਦਾ ਉਹ ਸ਼ਸਤਰ ਹੈ ਜੋ ਤ੍ਰੇਤੇ ਦੇ અવਤਾਰ ਸ੍ਰੀ ਰਾਮਚੰਦਰ ਦੇ ਭਗਤ ਹਨੂਮਾਨ ਨੇ ਧਾਰਨ ਕੀਤੀ ਪੰਜਾ ਪੰਡਵਾਂ ਦੇ ਵਿੱਚੋਂ ਭੀਮ ਨੇ ਧਾਰਨ ਕੀਤੀ ਭੀਮ ਵੀ ਗਦਾ ਧਾਰੀ ਹੋਇਆ ਇੱਕ ਸ਼ਸਤਰ ਹੈ ਜਿਸ ਦੀ ਸੱਟ ਵੈਰੀ ਦੇ ਉੱਤੇ ਭਾਰੀ ਪੈ ਜਾਂਦੀ ਹੈ ਗਰੀਬੀ ਗਦਾ ہماری ਇੱਥੇ ਬਸ ਨਹੀਂ ਅਸਾਂ ਇੱਕ ਹੋਰ ਸ਼ਸਤਰ ਵੀ ਧਾਰਨ ਕੀਤਾ ਹੈ ਉਹ ਕਿਹੜਾ ਖੰਨਾ ਸਗਲ ਰੇਣ ਛਾਰੀ ਨਾਮ ਜਪਣ ਵਾਲਿਆਂ ਦੀਆਂ ਗੁਰਸਿੱਖ ਪਿਆਰਿਆਂ ਦੀ ਚਰਨ ਧੂੜੀ ਮਸਤਕ ਤੇ ਲਾਉਣੀ ਇਹ ਹਰ ਇੱਕ ਗੁਰਸਿੱਖ ਦੇ ਲਈ ਖੰਡੇ ਦੀ ਨਿਆਈ ਹੈ ਜੀਵਨ ਵਿੱਚੋਂ ਕਈ ਪ੍ਰਕਾਰ ਦੇ ਭਲੇਖੇ ਖੰਡ ਖੰਡ ਹੋ ਜਾਂਦੇ ਨੇ ਮਾਇਆ ਦਾ ਪ੍ਰਭਾਵ ਖੰਡਤ ਹੋ ਜਾਂਦਾ ਸੋ ਸਤਿਗੁਰਾਂ ਦਾ ਬਚਨ ਗਰੀਬੀ ਗਦਾਮ ਹਮਾਰੀ ਖੰਨਾ ਸਗਲ ਰੇਣ ਛਾਰੀ 6ਵੇਂ ਪਾਦਸ਼ਾ ਨੇ ਇਹ ਸ਼ਸਤਰ ਪ੍ਰਗਟ ਤੌਰ ਤੇ ਪੈਨੇ ਤੇ ਫੇਰ 10ਵੇਂ ਜਾਮੇ ਤੱਕ ਸਾਰੀਆਂ ਪਾਤਸ਼ਾਹੀਆਂ ਸ਼ਸਤਰ ਧਾਰੀ ਹੋਈਆਂ ਸੋ ਬੇਨਤੀ ਕਰ ਰਿਹਾ ਹਾਂ ਸਾਂ ਜਦੋਂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇਤਿਹਾਸ ਵਾਚੀਏ ਤੇ ਸਮੇ ਦੇ ਇਤਿਹਾਸਕਾਰ ਭਾਵੇਂ ਮੌਸਮ ਫਾਨੀ ਹੋਏ ਨੇ ਭਾਵੇਂ ਗ੍ਰੀਨ ਲੀਜ਼ ਤੱਕ ਹਰ ਇਤਿਹਾਸਕਾਰ ਨੇ ਸਾਖੀਕਾਰ ਨੇ ਇਤਿਹਾਸ ਦੀ ਸੰਪਾਦਨਾ ਕਰਨ ਵਾਲਿਆਂ ਨੇ ਇਸ ਗੱਲ ਦਾ ਵਰਣਨ ਕੀਤਾ ਕਿ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਿੱਖਾਂ ਨੂੰ ਤੁਰਕਿਸਤਾਨ ਵੱਲ ਘੋੜਿਆਂ ਦੀ ਤਜ਼ਾਰਤ ਲਈ ਭੇਜਿਆ ਇਤਿਹਾਸਕਾਰ ਕਨਿੰਗਮ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕੇ ਗੁਰੂ ਸਾਹਿਬ ਨੇ ਸਿੱਖਾਂ ਨੂੰ ਬਾਹਰਲੇ ਮੁਲਕਾਂ ਵਿੱਚ ਭੇਜਿਆ ਤਾਂ ਕਿ ਉਹ ਤजारत ਵਿੱਚ ਉਤਨੇ ਹੀ ਨਿਪੁੰਨ ਹੋ ਜਾਣ ਜਿੰਨੇ ਕੇ ਆਪਣੇ ਧਰਮ ਵਿੱਚ ਪੱਕੇ ਹਨ ਪੰਸਿਰੀ ਗੁਰ ਅਰਜਨ ਦੇਵ ਜੀ ਨੇ ਸਾਂਝੀ ਦੌਲਤ ਦੇ ਵਾਅਦੇ ਲਈ ਆਪਣੇ ਸਿੱਖਾਂ ਨੂੰ ਵਪਾਰ ਤੇ ਵਿਸ਼ੇਸ਼ ਕਰ ਤੁਰਕੀ ਘੋੜਿਆਂ ਦਾ ਵਪਾਰ ਕਰਨ ਲਈ ਭੇਜਿਆ ਇਸ ਘੋੜਿਆਂ ਦੀ ਤਜਾਰਤ ਵਾਲਾ ਕਦਮ ਉੱਪਰ ਨਜ਼ਰ ਵਾਲੇ ਨੂੰ ਤਾਂ ਇੱਕ ਬਿਲਕੁਲ ਸਾਧਾਰਨ ਜਿਹਾ ਕਰਮ ਲੱਗੇਗਾ ਪਰ ਇਸ ਕਰਮ ਨੇ ਸਿੱਖਾਂ ਦੇ ਵਾਅਦੇ ਵਿੱਚ ਬਹੁਤ ਹਿੱਸਾ ਪਾਇਆ ਸਭ ਤੋਂ ਪਹਿਲਾਂ ਘੋੜਿਆਂ ਦੀ ਤਜਾਰਤ ਨੇ ਭਾਓ ਘੋੜਿਆਂ ਦੇ ਵਪਾਰ ਨੇ ਜਾਤ ਪਾਤ ਦੇ ਸਿਸਟਮ ਉੱਤੇ ਇੱਕ ਕਰਾਰੀ ਸੱਟ ਮਾਰੀ ਹਿੰਦੂ ਨੂੰ ਧਾਰਮਿਕ ਤੌਰ ਉੱਤੇ ਹਿੰਦੁਸਤਾਨ ਦੀ ਹੱਦ ਤੋਂ ਬਾਹਰ ਜਾਣ ਦੀ ਮਨਾਹੀ ਸੀ ਸਿੱਖਾਂ ਨੇ ਦੂਜੇ ਮੁਲਕ ਵਿੱਚ ਜਾ ਕੇ ਇਸ ਵਹਿਮ-ਭਰਮਤੀ ਦਾ ਹਮੇਸ਼ਾ ਲਈ ਖਾਤਮਾ ਕਰ ਦਿੱਤਾ ਸਿੱਖਾਂ ਦੇ ਆਚਰਣ ਵਿੱਚ ਪਰਪਕਤਾ ਆਉਣ ਲੱਗੀ ਬਾਹਰ ਦੂਜੇ ਮੁਲਕ ਵਿੱਚ ਕੋਈ ਮਜ਼ਬੂਤ ਆਚਰਣ ਵਾਲਾ ਹੀ ਆਪਣੇ ਧਰਮ ਉੱਤੇ ਡਟਿਆ ਰਹਿ ਸਕਦਾ ਸੀ ਇਸ ਘੋੜਿਆਂ ਦੇ ਵਪਾਰ ਨਾਲ ਸਿੱਖਾਂ ਦੇ ਇਰਾਦੇ ਵਿੱਚ ਮਜ਼ਬੂਤੀ ਆਈ ਅਤੇ ਆਚਰਣ ਅਹਲ ਬਣ ਗਏ ਤੇ ਨਾਲ ਇਸ ਤਜਾਰਤ ਨੇ ਆਉਣ ਵਾਲੀ ਇੱਕ ਫੌਜ ਦੀ ਨੀ ਰੱਖੀ ਸਿੱਖਾਂ ਨੂੰ ਚੰਗੇ ਘੋੜਿਆਂ ਦੀ ਪਰਖ ਹੋ ਗਈ ਤੇ ਉਹ ਸ਼ਾਹ ਸਵਾਰ ਬਣ ਗਏ ਹਿੰਦੁਸਤਾਨ ਵਿੱਚ ਸਭ ਤੋਂ ਚੰਗਾ ਘੋੜਾ ਰੱਖਣ ਤੇ ਇਸ ਨੂੰ جنگ ਲਈ ਤਿਆਰ ਕਰਨ ਵਿੱਚ ਸਿੱਖ ਹੀ ਪ੍ਰਸਿੱਧ ਹੋਏ ਇਸ ਦੇ ਪਿੱਛੇ ਸਤਿਗੁਰੂ ਦਾ ਮੰਤਵ ਕੇਵਲ ਇੱਕੋ ਸੀ ਕਿ ਕੌਮ ਦੀ ਉਸਾਰੀ ਹੋ ਸਕੇ ਤੇ ਹੋਰ ਕਿਸੇ ਪਾਸੇ ਸਿੱਖ ਵਪਾਰ ਕਰਦੇ ਆ ਜਿੱਥੇ ਬੁਲੰਦੀਆਂ ਨੂੰ ਮਾਣੇ ਪਰਿਵਾਰ ਨੂੰ ਪਾਲੇ ਦਸਾਂ ਨੌਵਾਂ ਦੀ ਕੀਰਤ ਕਰੇ ਉਥੇ ਇੱਕ ਫੌਜੀ ਸੁਭਾ ਸੰਤ ਦੇ ਨਾਲ ਸਿਪਾਈ ਦੇ ਸੁਭਾ ਵਿੱਚ ਵੀ ਗੁਰੂ ਦਾ ਸਿੱਖ ਪਰਪੱਕ ਹੋਵੇ। ਇਹ ਕੋੜਿਆਂ ਦੇ ਵਪਾਰ ਦੀ ਗੱਲ ਕੁਝ ਕੁ ਲਿਖਾਰੀਆਂ ਨੇ ਕੀਤੀ। ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਜੀ ਨੇ ਸਿੱਖਾਂ ਨੂੰ ਇਸ ਪਾਸੇ ਤੋਰਿਆ ਕਿਉਂਕਿ ਇਹ ਤजारत ਸਿੱਖਾਂ ਨੂੰ ਬਹਾਦਰ ਤੇ ਜ਼ੁਰਤ ਵਾਲਾ ਬਣਾਉਂਦੀ ਸੀ। ਗੁਰੂ ਸਾਹਿਬ ਨੇ ਸਾਰੇ ਪੰਜਾਬ ਵਿੱਚ ਫਿਰ ਕੇ ਲੋੜਵੰਦਾਂ ਤੇ ਦੁਖੀਆਂ ਦੇ ਦਰਦ ਵੰਡਾਏ। ਥਾਂ-ਥਾਂ ਸੰਗਤਾਂ ਕਾਇਮ ਕੀਤੀਆਂ। ਜਦੋਂ ਕਾਲ ਪੈ ਗਿਆ ਉਸ ਸਮੇਂ ਦਵਾਈਆਂ ਵੰਡੀਆਂ ਤੇ ਸਦਾ ਵਰਤ ਲੰਗਰ ਲਗਾਏ। ਆਪਣੀ ਨਿਗਰਾਨੀ ਵਿੱਚ ਲਾਹੌਰ ਵਿਖੇ ਜਿੱਥੇ ਸਤਗੁਰੂ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕਰਦੇ ਰਹੇ, ਜਲ ਪਾਣੀ ਵਰਤਾਉਂਦੇ ਰਹੇ, ਉੱਥੇ ਨਾਲ ਹੀ ਮਰਤਕ ਸਰੀਰਾਂ ਨੂੰ ਉਹਨਾਂ ਦੇ ਧਰਮ ਅਨੁਸਾਰ ਅਗਨ ਭੇਟ ਕਰਨਾ ਜਾਂ ਦਫਨਾਉਣਾ ਇਹ ਕੰਮ ਸਤਿਗੁਰੂ ਜੀ ਆਪ ਹੱਥੀਂ ਕੀਤਾ। ਵਾਹ ਮੇਰੇ ਸਾਹਿਬਾ। ਵਾਹ। ਜਿਵੇਂ ਪਹਿਲਾਂ ਜ਼ਿਕਰ ਕੀਤਾ ਤਰਨ ਤਾਰਨ ਵਿੱਚ ਖਾਸ ਤੌਰ ਤੇ ਕੌੜੀਆਂ ਦੇ ਲਈ ਕੋੜੀ ਖਾਨੇ ਬਣਵਾਏ। ਪਾਂਛੀੜੀ ਗੁਰਜਨ ਦੇਵ ਜੀ ਦਾ ਜਾਰੀ ਕੀਤਾ ਇਹ ਥਾਂ ਕੁਸ਼ਤੀਆਂ ਦਾ ਆਸ਼ਰਮ ਹੈ। ਇਸੇ ਕਾਰਨ ਤਰਨ ਤਾਰਨ ਦੇ ਨਾਲ ਦੁੱਖ ਨਿਵਾਰਣ ਵਿਸ਼ੇਸ਼ਣ ਲਾਇਆ ਜਾਂਦਾ ਹੈ। ਉਹਨਾਂ ਦੇ ਰਹਿਣ ਇਲਾਜ ਦਵਾਈ ਆਦ ਦੇ ਹੋਰ ਸਾਰੇ ਪ੍ਰਬੰਧ ਸਤਿਗੁਰੂ ਨੇ ਕੀਤੇ ਗੁਰੂ ਜੀ ਨੇ ਸੁਧਾਰ ਹਿੱਤ ਲੋਕਾਂ ਨੂੰ ਨਸ਼ੇ ਆਦ ਖਤਮ ਕਰਨ ਲਈ ਪ੍ਰੇਰਿਆ ਸਤੀ ਦੀ ਰਸਮ ਪੰਜਾਬ ਵਿੱਚ ਨਾਮਾਤਰ ਰਹਿ ਗਈ ਸੀ ਕਿਉਂਕਿ ਧੰ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਥਾ ਦੇ ਵਿਰੁੱਧ ਆਵਾਜ਼ਾ ਬੁਲੰਦ ਕੀਤਾ ਸੀ ਉਹ ਸੇਰੀਗੁਰ ਅਮਰਦਾਸ ਜੀ ਦੇ ਪੁਰਨਿਆਂ ਉੱਤੇ ਚਲਦੇ ਹੋਏ ਵਿਧਵਾ ਦੇ ਆਨੰਦ ਕਾਰਜ ਸਤਿਗੁਰਾਂ ਨੇ ਆਪ ਕਰਾਏ ਇਤਿਹਾਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਮਿਲਦਾ ਹੈ ਇੱਕ ਵਿਧਵਾ ਦਾ ਆਨੰਦ ਕਾਰਜ ਹੌਮੇ ਚੌਧਰੀ ਨਾਲ ਸਤਿਗੁਰਾਂ ਨੇ ਕਰਾਇਆ ਤੇ ਇੱਕ ਨਵੀਂ ਮਿਸਾਲ ਕਾਇਮ ਕੀਤੀ ਉਹਨਾਂ ਮੋਈਆਂ ਹੋਈਆਂ ਰੂਹਾਂ ਨੂੰ ਜੀਵਨ ਦਾ ਹੱਕ ਗੁਰੂ ਸਾਹਿਬ ਨੇ ਆਪ ਦਿਵਾਇਆ ਸਭ ਤੋਂ ਵੱਡਾ ਤੇ ਸਦੀਵੀ ਕੰਮ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਪਾਦਿਤ ਕਰਕੇ ਕੀਤਾ ਬਾਣੀ ਨੂੰ ਇਕੱਤਰ ਕਰਨ ਦਾ ਖਿਆਲ ਗੁਰੂ ਨਾਨਕ ਸਾਹਿਬ ਜੀ ਬਖਸ਼ ਗਏ ਸਨ ਬਾਕੀ ਗੁਰੂ ਸਹਿਬਾਨ ਬਾਣੀ ਨੂੰ ਸਾਂਭ ਕੇ ਰੱਖਦੇ ਰਹੇ ਹਰ ਗੁਰੂ ਨੇ ਸ਼ਬਦ ਤੇ ਗੁਰਬਾਣੀ ਦੀ ਮਹੱਤਤਾ ਹੀ ਸੰਗਤਾਂ ਵਿੱਚ ਦ੍ਰਿੜ ਕਰਵਾਈ ਗੁਰੂ ਅਰਜਨ ਦੇਵ ਜੀ ਸਮੇਂ ਪ੍ਰਿਥੀ ਚੰਦ ਦੇ ਉਸ ਦਾ ਪੁੱਤਰ ਮਿਹਰਬਾਨ ਨਾਨਕ ਨਾਮੇਠਾਂ ਬਾਣੀ ਰਚ ਕੇ ਗੁਰੂ ਸਹਿਬਾਨ ਵੱਲੋਂ ਰਚੀ ਗਈ ਬਾਣੀ ਦਾ ਭਲੇਖਾ ਪਾ ਰਹੇ ਸਨ ਸਤਗੁਰੂ ਪੰਚਮ ਪਾਤਸ਼ਾਹ ਨੂੰ ਇਹ ਗੱਲ ਮਹਿਸੂਸ ਹੋਈ ਕਿ ਸਮਾਂ ਪਾ ਕੇ ਸੱਚੀ ਬਾਣੀ ਨੂੰ ਜिल्ਦ ਬੰਦ ਕੀਤਾ ਜਾਣਾ ਚਾਹੀਦਾ ਹੈ ਦੂਜਾ ਭਾਅ ਸੀ ਕਿ ਕੇਂਦਰ ਨਾਲ ਸਿੱਖਾਂ ਨੂੰ ਅਹਲੇ ਕਿਤਾਬ ਵੀ ਬਣਾਉਣ ਦੀ ਲੋੜ ਸੀ ਕਾਬਾ ਤੇ ਕਿਤਾਬ ਦੋ ਐਸੀਆਂ ਚੀਜ਼ਾਂ ਹਨ ਜਿਨ੍ਹਾਂ ਨਾਲ ਖਿਆਲਾਂ ਦੀ ਸਾਂਝ ਹੁੰਦੀ ਧੰਨ ਪੰਚਮ ਪਾਦਸ਼ਾ ਨੇ ਸੋਚਿਆ ਕਿ ਕੌਮ ਨੂੰ ਸੁਤੰਤਰ ਕਰਨ ਲਈ ਖਿਆਲਾਂ ਦੀ ਸਾਂਝ ਪੈਦਾ ਕਰਨੀ ਅਤਿ ਲਾਜ਼ਮੀ ਹੈ ਉਹਨਾਂ ਨੇ ਆਪਣੀ ਬੋਲੀ ਵਿੱਚ ਪਵਿੱਤਰ ਕਾਨੂੰਨ ਦੀ ਕਿਤਾਬ ਬਖਸ਼ੀ ਜਾਵੇ ਇਸ ਲਈ ਸਤਿਗੁਰਾਂ ਨੇ ਇਹ ਯਤਨ ਕੀਤਾ ਤੇ ਜਿਸ ਦੇ ਵਿੱਚ ਉਹ ਸੰਪੂਰਨ ਤੌਰ ਤੇ ਸਫਲ ਵੀ ਹੋਏ ਇੱਕ ਹੋਰ ਕਾਰਨ ਸੀ ਗੁਰੂ ਸਾਹਿਬ ਨੇ ਸੋਚਿਆ ਕਿ ਆਪਣੀ ਲਿਪੀ ਤੇ ਬੋਲੀ ਵਿੱਚ ਪਵਿੱਤਰ ਗ੍ਰੰਥ ਪੰਥ ਨੂੰ ਦੇਣਾ ਚਾਹੀਦਾ ਹੈ ਸੰਸਕ੍ਰਿਤ ਜਾਂ ਅਰਬੀ ਇਹ ਸਿੱਖਾਂ ਦੀ ਬੋਲੀ ਨਹੀਂ ਆਪਣੀ ਬੋਲੀ ਵਿੱਚ ਕਹੀ ਤੇ ਲਿਖੀ ਗੱਲ ਸਿੱਧੀ ਹਿਰਦਿਆਂ ਨੂੰ ਜਾ ਕੇ ਟੰਮਦੀ ਹੈ ਗੁਰੂ ਗ੍ਰੰਥ ਸਾਹਿਬ ਪੈ ਗੁਰਦਾਸ ਜੀ ਨੇ ਭਾਦੋਂ ਵਦੀ ਪਹਿਲੀ ਸੰਮਤ 1661 ਨੂੰ ਸੰਪੂਰਨ ਕੀਤਾ ਇੰਗਲਿਸ਼ ਕੈਲੰਡਰ ਦੇ ਅਨੁਸਾਰ ਸਨ 1604 ਤੇ ਭਾਦੋਂ ਸੁਤੀ ਬਹਿਲੀ ਨੂੰ ਹਰਮੰਦਰ ਸਾਹਿਬ ਵਿੱਚ ਪ੍ਰਕਾਸ਼ ਹੋਇਆ ਗੁਰੂ ਜੀ ਦਾ ਇਹ ਉਦਮ ਇੱਕ ਮਹਾਨ ਕੰਮ ਹੈ ਨਿਰ ਅਕਾਰ ਤੇ ਲਿਹਾਜ਼ ਦੇ ਨਾਲ ਨਹੀਂ ਸਗੋਂ ਧਰਮ ਦੇ ਮਾਰਗ ਤੇ ਤੁਰਨ ਵਾਲੇ ਇੱਕ ਰਾਹੀਰ ਦੇ ਲਈ ਜੋ ਇਸ ਮਾਰਗ ਦਾ ਪੰਧੀ ਬਣਿਆ ਹੈ ਉਸ ਦੇ ਲਈ ਇਹ ਲਾਸਾਨੀ ਮਹਾਨ ਤੇ ਉੱਤਮ ਗ੍ਰੰਥ ਹੈ ਜਿਹੜੇ ਰੱਬ ਦੇ ਟੁੰਡਾਉ ਨੇ ਸੱਚ ਜਾਣਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਹਨਾਂ ਲਈ ਕਈ ਪ੍ਰਕਾਰ ਨਾਲ ਸਹਾਇਤਾ ਕਰਦੀ ਹੈ ਜਿਸ ਵਿੱਚ ਜ਼ਿੰਦਗੀ ਦੀ ਸਾਇੰਸ ਬਾਰੇ ਹਰ ਪਹਿਲੂ ਉੱਤੇ ਰੋਸ਼ਨੀ ਪਾਈ ਗਈ ਹੈ ਤੇ ਬਾਣੀ ਦਾ ਸਾਹਿਤਿਕ ਪੱਖ ਵੀ ਲਾਸਾਨੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੋਲੀ ਪੰਜਾਬੀ ਮਿਲੀ ਜੁਲੀ ਸੰਤ ਪਾਸ਼ਾ ਹੈ ਕਿਤੇ ਫਾਰਸੀ ਤੇ ਸੰਸਕ੍ਰਿਤ ਦਾ ਰੰਗ ਵੀ ਆ ਜਾਂਦਾ ਹੈ ਕਈ ਇਤਿਹਾਸਕਾਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਭਾਰਤੀ ਜ਼ਬਾਨਾਂ ਦਾ ਖਜ਼ਾਨਾ ਵੀ ਕਿਹਾ ਹੈ। ਪ੍ਰੀਤਮ ਦੀ ਬਿਰਹੋਂ ਬਬੀਹੇ ਦੀ ਸੱਦ ਨਵ ਵਿਆਹੀ ਦਾ ਜੋਬਨ ਉਮੰਗਾ ਰੋਤਾਂ ਦੀ ਰੰਗਲੀ ਛੇਵਰ ਕੁਦਰਤ ਦਾ ਅਨੂਪਮ ਦ੍ਰਿਸ਼ ਭਗਤਾਂ ਦੀ ਤਲਪ ਭਿੰਨਣੀ ਰਹਿਣ ਗੁਰਦ੍ਰਸ਼ਨ ਦੀ ਝਲਕ ਮੇਤੇ ਅਸਕ ਕਹਾਣੀਆਂ ਤੇ ਉਹਨਾਂ ਦੀ ਨਵੀਂ ਵਰਤੋਂ ਤੋਂ ਹੋਰ ਰੰਗ ਲੱਗਦਾ ਹੈ ਜੇਕਰ ਇਸ ਬਾਣੀ ਨੂੰ ਕੋਈ ਗੁਰੂ ਮੰਨ ਕੇ ਹੀ ਨਾ ਪੜਨਾ ਚਾਹੇ ਪਰ ਉਸ ਨੂੰ ਇਸ ਦਾ ਸਾਹਿਤਿਕ ਸਵਾਦ ਅੱਗੇ ਸਿਰ ਝੁਕਾਉਣਾ ਪਏਗਾ ਤੇ ਇਸ ਨੂੰ ਗੁਰੂ ਮੰਨਣਾ ਪਏਗਾ ਜਿਵੇਂ ਸਤਿਗੁਰਾਂ ਦਾ ਫਰਮਾਨ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ